ਓਕੇ ਆ ਲਤਾਰੇ ਸੀਟੀ ਵਾਲਿਓ ਲੈ ਬਰਿਆਣਾ ਪੰਚਾਇਤੀ ਰਾਜ ਸੰਸਥਾਵਾਂ ਦੇ ਚੋਣਾਂ ਦੀ ਘੋਸ਼ਣਾ 3 ਅਕਤੂਬਰ ਨੂੰ ਹੋਗੀ ਅਰ 30 ਅਕਤੂਬਰ ਨੂੰ ਪਹਿਲਾ ਚੋਣ ਸੰਭਵ ਹੈ ਵਾਇ ਇਹ ਬਹੁਤ ਸੇ ਸਾਥੀ ਤੋਂ ਵੀ ਆ ਬਾਤ ਸੁਣਦੇ ਅਨੂ ਕੁੱਦਣ ਨਾਚ ਜਾਂਗੇ ਨਾਚਣ ਲੱਗ ਜਾਂਗੇ ਬੈਠੇ ਮਜ਼ੇ ਆਗੇ ਇਬੇ ਮਜ਼ੇ ਨਾ ਕਰੋ ਕੋਈ ਬਾਤ ਕੋ ਨਹੀਂ ਬਿਉ ਇਲਾਇ ਪੱਕਾ ਹੋਗਾ ਪੇਪਰ ਹੈ ਕਦੇ ਨੂੰ ਸੋਚੋ ਪੇਪਰ ਕੋ ਨਹੀਂ ਹੁੰਦਾ ਸੰਭੋ ਡੇਟ ਬਤਾ ਰਹੀ ਹੈ ਦੇਖ पंचायती राज संस्था के चुनाव को यह हो सकता है शेड्यूल शेड्यूल बताया दिया भाई पैंतीस दिन का शेड्यूल बनाया जाएगा जिसके अंदर सारे ये जो इनके भाई नामांकन वगैरह जो बनवाया जाएगा अक्टूबर अक्टूबर तक पूरे होते हैं तो रविवार की छुट्टी नौ अक्टूबर की दस अक्टूबर तक नामांकन बनवा लेंगे अच्छा चौदह अक्टूबर यो अपना इनका भाई सारा फलाना दिखड़ा जो भी है हाँ, आपका रान रोना रोई दिया इन्हें फिर आगे के कहो भाई दूसरे चरण का चुनाव तीन नवंबर को और तीसरे चरण का चुनाव छः नवंबर को और चौथे चरण का चुनाव नवंबर को हो सकता है हो सकता है दो दिन बाद मतगणना ग्यारह नवंबर को हो सकती है दैनिक सवेरा की गणना में जो तिथियाँ आई हैं उसमें दो दिन ऊपर नीचे हो सकते हैं समझ में आ गई या कन्फर्म नहीं है डेट का दिन में सोचो कन्फर्म डेट डाली है दैनिक सवेरा ने स्पेशल तो बात लिख दिया हो सका है भाई कम ज़्यादा ऊपर नीचे है तारा पेपर पाँच छः न है तो पूरे पूरे चांस है पाँच छः न पेपर होगा ਕਦੇ ਨਾ ਚੱਕਰਾਮ ਆਪਣੀ تیاری ਛੋੜ ਦਿਓ ਇਨਕੇ ਚੱਕਰਾਮ ਕੋਈ تیاری ਨਾ ਛੋੜਿਓ ਬਾਕੀ ਕੱਲ ਹੋਰ ਵੀ ਜਾ ਪੱਕਾ ਕਨਫਰਮ ਹੋ ਜਾਏਗਾ ਠੀਕ ਸ ਹੈ ਕਦੇ ਆਜੇ ਦਿਲ ਤੋੜ ਦਿਓ ਕਈ ਦੋ ਬੇਨੂ ਲਾਡੂ ਬਣਨ ਲੱਗ ਜਗੇ ਸੋਚੇ ਹੋ ਗਿਆ ਪੇਪਰ ਕੈਨਸਲ ਕਿਵੇਂ ਬਾਤ ਨਹੀਂ ਆਗਣਾ ਫਿਰ ਪੜ੍ਹ ਲਿਆਂਗੇ ਠੀਕ ਸ ਸਾਥੀਓ ਤਾਂ ਘਤਰ ਬੈਸੀ ਹੈ ਇਨਫੋਰਮੇਸ਼ਨ ਦੀ ਬ ਆਪਣੀ ਤਿਆਰੀ ਜੀ ਸ਼ੁਰੂ ਰੱਖੋ ਘਬਰਾਣ ਦੀ ਜ਼ਰੂਰਤ ਕੋ ਨਹੀਂ ਦੋ ਦਿਨ ਉੱਪਰ ਨੀਚੇ ਕੋਈ ਬਾਤ ਨਹੀਂ ਪੜ੍ਹਨਾ ਤਾਂ ਫਿਰ ਵੀ ਪੜ੍ਹੇਗਾ ਦੋ ਦਿਨ ਉੱਪਰ ਨੀਚੇ ਹੋ ਜਾਏਗਾ ਕਿ ਦੋ ਦਿਨ ਮੇ ਤੁਹਾ ਰਾ ਕੇ ਜੇਗਾ ਪੜ੍ਹ ਲਿਓ ਇਤਨੇ ਦਿਨ ਹੋ ਗਿਆ ਪੜ੍ਹ ਧਿਆਨ ਜੀ ਚਾਰ ਪਾ ਦਿਨ ਹੋ ਗਏ ਇਹ ਦੋ ਦਿਨ ਮਕੇ ਜਗਾ ਉੱਪਰ ਨੀਚੇ ਹੋ ਜਾਉਂਗੇ ਦੋ ਦਿਨ ਬਾਅਦ ਛੇ ਫਿਰ ਪੇਪਰ ਲੈ ਆ ਪੇਪਰ ਤਾਂ ਦੇ ਲੈਣਾ ਪੜਗਾ ਇਹਨਾਂ ਬਾਜ ਜਾ ਹੀ ਖੜਾ ਹੈ ਤਾਂ ਸਾਥੀਓ ਤਾਰ ਖਤਰੀ ਹੈ ਇਨਫੋਰਮੇਸ਼ਨ ਲੈ ਕੇ ਆ ਤੇ ਪੜ ਲਿਓ ਕਿਵੇਂ ਬਾਤ ਕੋ ਨਹੀਂ ਇਲੈਕਸ਼ਨਲ ਲੁਕਸਨ ਦੋ ਦਿਨ ਬਾਅਦ ਸੇ ਲੈ ਲੇਗੇ ਕੜਾ ਜਾਉਂਗੇ ਵੇਜ ਕੇ ਦੋ ਦਿਨ ਬਾਅਦ ਸੇ ਲੈਣਾ ਤਾਂ ਜ਼ਰੂਰ ਪੜੇਗਾ ਸਾਥੀਆਂ ਨੇ ਬਹੁਤ ਮਿਹਨਤ ਕਰ ਰਹੀ ਹੈ 2.5 ਸਾਲ ਹੋ ਗਏ ਲੱਗ ਗਿਆ ਨੇ 2.5 ਸਾਲ ਤੇ ਸਾਥੀ ਤਾਨੋ ਵੀਡੀਓ ਦੇ ਕਿ ਤਾਰ ਬਹੁਤ ਬਹੁਤ ਧੰਨਵਾਦ ਤਾਰ ਦਿਨ ਸੂ